ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼, ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਆਪਣੇ ਪੁੱਤਰ ਦੇ ਕਤਲ ਦਾ ਇਨਸਾਫ ਸਰਕਾਰ ਕੋਲੋਂ ਮੰਗ ਰਹੇ ਹਨ, ਤਾਂ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਨੂੰ ਇੱਕ ਮੈਸੇਜ ਆਇਆ, ਜਿਸ ਵਿੱਚ ਕਿਹਾ ਕਿ ਬਾਪੂ ਬਲਕੌਰ ਸਿੰਘ ਦਾੜੀ ਕਾਲੀ ਕਰਕੇ ਬਾਹਰਲੇ ਮੁਲਕਾਂ ਵਿੱਚ ਘੁੰਮਦਾ ਫਿਰਦਾ ਏ, ਕਿਤੇ ਦੂਜਾ ਵਿਆਹ ਨਾ ਕਰਵਾ ਲਵੇ। ਤੁਸੀਂ ਵੀ ਦੇਖੋ ਇਹ ਵੀਡੀਓ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਉਸ ਦੇ ਜਵਾਬ ਵਿੱਚ ਕੀ ਕਿਹਾ। ਇੱਕ ਹੋਰ ਗੱਲ, ਮੈਨੂੰ ਕਿਸੇ ਮੁੰਡੇ ਨੇ ਵਿਚਾਰੇ ਨੇ ਮੈਸੇਜ ਭੇਜਿਆ, ਉਹਦੇ ਦਾੜਾ ਸਜਾਇਆ ਹੋਇਆ ਬਾਈ ਦੀ, ਵੱਡਾ ਸਾਰਾ ਮਤਲਬ ਹੋਊਗੀ 60-65 ਸਾਲ ਦੀ ਉਮਰ ਤਾਂ ਹੋਊਗੀ। ਉਹ ਕਹਿੰਦਾ ਤਾਂ ਕਾਲੀ ਦਾੜੀ ਕਰੀ ਫਿਰਦਾ ਬਾਹਰਲੇ ਦੇਸ਼ਾਂ 'ਚ ਫਿਰਦਾ, ਮੈਨੂੰ ਐਂ ਲੱਗਦਾ ਸ਼ਾਇਦ ਤੀਜਾ ਵਿਆਹ ਨਾ ਕਰਵਾਈ। ਭਰਾ ਵਾਲਾ ਪੁੱਤੂ ਗੱਲ ਦੂਜਾ ਵਿਆਹ ਦੇਖੋ, ਜਿਹੜੇ 23-24 ਸਾਲ ਦੇ ਜਵਾਕ ਜ਼ਰੂਰ ਕਰਾ ਰਹੇ ਨੇ, ਜਿਹੜੇ ਕਾਲੂ ਫਿਰ ਡੀ ਵੱਡੀ ਕੋਈ ਕੁਛ ਕੋਈ ਮਾੜਾ ਹੋਈ ਜਦੋਂ ਪਰ ਸ਼ੁਰੂ ਦੀ ਕਸ਼ਮੀਰ ਦਾ ਗਾਣਿਆਂ 'ਚ ਵੀ ਦੱਸ ਗਿਆ ਵੀ ਸਾਡੇ ਗਾਣੇ ਲਿਆਉਣੇ ਸੋਚਿਆ ਵੀ ਸਾਡੀ ਮਰਜ਼ੀ ਰਹਿੰਦੇ ਜਾਊਗੀ, ਅਸੀਂ ਉਹ ਲਾਣੇ ਆ ਵੀ ਜਿਹੜੇ ਸਾਨੂੰ ਇੰਨੀ ਕੁ ਤਵੀਜ ਹੈਗੀ ਹੈ। ਬਹੁਤ ਦੁੱਖ ਹੁੰਦਾ ਇਹ ਗੱਲਾਂ ਸੁਣ ਕੇ, ਕਿਉਂਕਿ ਸਾਡੇ ਤਾਂ ਭਾਂਬੜ ਮੱਚਦੇ ਆ ਭਰਾਵੋ। ਸੋ ਕਿਉਂ ਲੋਕ ਇਹੋ ਜਿਹੀਆਂ ਗੱਲਾਂ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੰਦੇ ਹਨ? ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ, ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ।